दोस्तों गिल नीली रावी डेयरी फार्मिंग 47 तुहाडा बहुत बहुत स्वागत है। अज की वीडियो तुहाडे लई बहुत चंगे वधिया जानवर लैके आए हैं ते तुहानू मिलाउणे आ भरा नाल। जिवें कि हुण आम ही बहुत भरावां दे फोन आउंदे रहिंदे आ वी सानू कोई नीली रावी दे विच कट्टियां जां कोई चंगा वधिया ब्लड लाइन का कट्टा चाहीदा। ते अज जिहड़े भरा कोल चार नाग आ जिहदे विच एक नीली रावी का चंगी ब्लड लाइन का माँ बाप का वधिया रिकॉर्ड का जिहड़ा कट्टा, उस तो बाद एक नीली रावी दे विच कट्टी आ, एक होर नीली रावी दे विच कट्टी आ, ते एक कट्टी जिहड़ी आपां बोरी कह सकदे इहनूं, इह बोरी कट्टी आ जी। इहदियां अक्खां वी ब्लैक आ ते बाकी इहदी जजमेंट तुसीं आप करनी आ। जिन्ने कु जानवरां बारे आपां नूं पता नॉलेज आ उह तुहानूं दस दिंदे आ ते मिलाउणे आपां भरा नाल, तुहानूं करदे आ गलबात। बाकी मोबाइल नंबर जी 87270 हां 97095 ठीक है जी। आप डिस्प्ले भी ला दांगे। ब्लड लाइन बारे पुछदे आ भाई फरंगी नूं, फिर दसां दिनां दा सी मेरे हिसाब नाल, जदों मेरे चैनल दे आए है ना, दसां दिनां दा सीगा, ठीक है जी, मैं दे मगर सीगा इह, ठीक है जी। ते इहदी ब्लड लाइन जित्थों तक मैनूं जानकारी है वी मल फार्म डोलची गया नाल, हाँ जी सही है ना, हाँ एक नंबर बोलदा, एक नंबर बोलदा आया जी मल फार्म डोलची के, उहनां दे बाई दे पेज ते वी चली, हाँ एक नंबर बोलदा जिहड़ा ਤੁਹਾਡੇ ਸਾਹਮਣੇ ਰਿਜ਼ਲਟ ਆ ਜਿਹੜਾ ਕਿ ਜਿਹੜੀ ਝੋਟੀ ਆ ਉਹਦੀ ਪਹਿਲੀ ਖੀਰੀ ਝੋਟੀ ਉਹ ਵੀ ਚੰਗੇ ਦੁੱਧ ਤੇ ਚੱਲਦੀ, ਉਹ ਵੀ ਆਪਣੇ ਚੈਨਲ ਦੇ ਉੱਤੇ ਪਈ ਆ। ਉਸ ਤੋਂ ਬਾਅਦ ਇਹ ਕੱਟਾ ਆ ਗਿਆ ਜੀ ਜਿਹੜੀ ਇਹਦੀ ਮਾਂ ਆ ਉਹ ਵੀ ਬਾਈ ਉਹਨਾਂ ਦੇ ਘਰ ਦੀ ਆ, ਉਹ ਵੀ ਬਾਈ ਹੋਣੇ ਤੋਂ ਹੀ ਲਿਆਂਦੀ ਸੀ ਜੇ ਇੱਥੇ ਮੈਨੂੰ ਲੱਗਦਾ ਤਲਵੰਡੀ ਭਾਈ ਰੋਡ ਦੇ ਉੱਤੇ ਮੁੰਡਾ ਸੁਖਦੀਪ ਆ ਇੱਕ, ਹਾਂ ਨਾਲ ਹੀ ਆ ਮੇਰੇ ਕੀ ਉਹ ਸੁਖਦੀਪ ਆ ਬਾਈ ਦਾ, ਹਕੂਮਤ ਵਾਲਾ ਪਿੰਡ ਆ ਉਹਦਾ, ਹਾਂ ਉਹਦੇ ਘਰੋਂ ਕੱਟਾ ਲਿਆਂਦਾ ਤੇ ਉਹਦੇ ਘਰੋਂ ਵੀਡੀਓ ਪਹਿਲਾਂ ਵੀ ਬਣਾਈਆਂ ਹੋਈਆਂ, ਹਾਂਜੀ ਹਾਂਜੀ। ਉਹਦੇ ਘਰ ਦੇ ਇਹ ਜੰਪ ਵਾਲਾ ਕੱਟਾ ਤੇ ਜਿਹੜਾ ਮਾਂ ਤੇ ਬਾਪ ਉਹ ਹੈਗੇ ਆ ਜੀ ਮਲ ਫਾਰਮ ਡੋਲਚੀ ਵਾਲਾ, ਹਾਂਜੀ ਉਹਨਾਂ ਦੀ ਬਲੱਡ ਤੇ ਏਆਈ ਕੀਤੀ ਆ ਡਾਕਟਰ ਲਾਡੀ ਨੇ, ਹਾਂਜੀ ਜਿਹੜਾ ਤੁਹਾਡੇ ਨਾਲ ਹੀ ਬਾਈ ਲਾਡੀ, ਹਾਂਜੀ ਡਾਕਟਰ ਲਾਡੀ ਦੁਆਰਾ ਏਆਈ ਕੀਤੀ ਆ। ਬਾਈ ਹੁਣਾਂ ਦੇ ਪੇਜ ਦਿੱਤੇ ਇਹਦੀ ਫੋਟੋ ਵੀ ਪਈ ਆ ਬੱਚੇ ਦੀ, ਤੇ ਚੈੱਕ ਕਰੋ ਇਹਦੀ ਫਿਰ ਕੁਆਲਿਟੀ, ਏਜ ਇਹਦੀ ਫਿਰ ਕਿੰਨੀ ਹੋ ਗਈ ਜੀ? ਇਹ 3.5 ਮਹੀਨੇ ਦਾ ਹੋ ਗਿਆ ਬਾਈ, 3.5 ਮਹੀਨੇ ਇਹਦੀ ਉਮਰ ਹੋ ਗਈ ਆ ਜੀ। ਕੁਆਲਿਟੀ ਤੁਸੀਂ ਦੇਖ ਸਕਦੇ ਹੋ ਮਗਲੇ ਪੈਰਾਂ ਦੇ ਉੱਤੇ ਮਾਰਕਿੰਗ, ਤਿੰਨ ਪੈਰ ਚਿੱਟੇ ਆ, ਤਿੰਨ ਪੈਰ ਜਿਹੜੇ ਚਿੱਟੇ ਆ ਮਗਲੇ ਪੈਰਾਂ ਦੇ ਉੱਤੇ ਵੀ ਮਾਰਕਿੰਗ ਵਧੀਆ, ਇੱਕ ਪੈਰ ਅੰਦਰਲੀ ਸਾਈਡ ਆ ਅਗਲਾ ਪੈਰ, ਤੇ ਉਸ ਤੋਂ ਬਾਅਦ ਮੂੰਹ ਬਈ ਐਨੂੰ ਕਰਾਈਏ ਇਹਦਾ, ਕੁਆਲਿਟੀ ਬਹੁਤ ਜ਼ਿਆਦਾ ਚੰਗੀ ਆ, ਅੱਖ ਦੀ ਕੁਆਲਿਟੀ ਦੇਖੀਏ ਤੇ ਆਪਾਂ ਬਿਲਕੁਲ ਗੁਲਾਬੀ ਅੱਖ ਸਾਫ਼ ਸੁਥਰੀ ਦੇਖ ਸਕਦੇ ਹੋ ਤੁਸੀਂ, ਮੂੰਹ ਦੇ ਉੱਤੇ ਪਟਾ, ਜ਼ਬਾਨ ਵੀ ਗੁਲਾਬੀ, ਜਿਹੜਾ ਬਾਡੀ ਵੇਟ ਦੇ ਹਿਸਾਬ ਦੇ ਤੁਸੀਂ ਦੇਖ ਲਓ ਵੀ 3 ਮਹੀਨੇ ਉਮਰ ਆ ਜੀ ਇਹਦੀ। ਬਾਕੀ ਇਹਦੀ ਮਾਂ ਦਾ ਬਹੁਤ ਰਿਕਾਰਡ ਆ, ਮਾਂ ਨੂੰ ਵੀ ਬਹੁਤ ਚੰਗਾ, ਉਹਦੀ ਵੀ ਆਪਾਂ ਫੋਟੋ ਵੀ ਲਾ ਦਿਆਂਗੇ, ਤੇ ਬਾਪ ਆ ਗਿਆ ਜੀ 1 ਨੰਬਰ, ਚੰਗੀ ਵਧੀਆ ਸਟਰੋਂਗ ਬਲੱਡ ਲਾਈਨ ਦਾ, ਯਾਨੀ ਕਿ ਇਹਨੂੰ ਆਪਾਂ ਬੱਚਾ ਕਹਿ ਸਕਦੇ ਹਾਂ, ਜਿਸ ਵੀਰ ਨੇ ਖਰੀਦਣਾ ਉਹ ਖਰੀਦ ਸਕਦੇ ਆ। ਦੇਖ ਲਓ ਇਹਦੇ ਪੱਟ ਸਾਈਜ਼ ਦੇਖ ਲਓ, ਬਹੁਤ ਭਾਰਾ ਆ ਬੱਚਾ, ਅਜੇ 3 ਮਹੀਨੇ ਉਮਰ ਕੋਈ ਜ਼ਿਆਦਾ ਨਹੀਂ ਹੁੰਦੀ। ਤੇ ਇਹਦੀ ਫਿਰ ਬਈ ਮੁੱਲ ਜਿਹੜਾ ਫੋਨ ਤੇ ਹੀ ਕਰਨਾ ਨਾ, ਹਾਂ ਫੋਨ ਤੇ ਕਰ ਲਾਂਗੇ, ਜੋ ਵੀ ਰੇਟ ਹੋਊਗਾ ਉਹ ਫੋਨ ਤੇ ਹੋਊਗਾ। ਤੇ ਦੂਸਰੀ ਜਿਹੜੀ ਆਪਾਂ ਕੱਟੀ ਦੇਖ ਸਕਦੇ ਆ ਉਹਦੀ ਕੁਆਲਿਟੀ ਦੇਖੋ, ਬਹੁਤ ਪਤਲਾ ਪਿਆ ਥੱਲੇ ਗੱਲ ਦੇਖ ਸਕਦੇ ਹੋ, ਪੂਰਾ ਸਾਫ਼ ਆ, ਵੀ ਬਿਲਕੁਲ ਬਰੀਕ ਆ ਜੀ ਇਹਦੀ, ਸਾਫ਼ ਬੁੱਲ ਆ ਜੀ ਇਹ ਵੀ, ਬਣੂਗਾ ਕਿਸੇ ਟਾਈਮ ਚੰਗਾ। ਤੇ ਇਹ ਫਿਰ ਆ ਗਈ ਜੀ ਕੱਟੀ, ਹਾਂਜੀ ਇਹਦੀ ਫਿਰ ਬਲੱਡ ਲਾਈਨ ਕਿਹੜੀ ਆ ਗਈ ਜੀ? ਇਹ ਵੀ ਹੈ ਤਾਂ ਫਿਰੋਜ਼ਪੁਰ ਹੀ ਹੈ ਤੇ, ਪਰ ਉਹ ਨਹੀਂ ਆਪਾਂ ਕਹਿ ਸਕਦੇ ਦਾ ਬਈ ਹਨਾ, ਅਨਨੋਨ ਹੀ ਕਹਿ ਸਕਦੇ ਆਪਾਂ, ਬਾਈ ਅਟੈਚਮੈਂਟ ਫਿਰੋਜ਼ਪੁਰ ਨਾਲ, ਹਾਂ 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 ਗੁਲਾਬੀ ਮੂੰਹ, ਇਹ ਵੀ ਮੇਲੇ ਵਾਲੀ ਕੱਟੀ ਆ ਤੇ ਦੰਦੋ ਖੀਰੀ ਆ ਜੇ, ਹਾਂ ਖੀਰੀ ਆ ਬਈ ਖੀਰੀ, ਕੁਆਲਿਟੀ ਦੇਖੋ ਮਾਰਕਿੰਗ ਜਿਹੜੀ ਚਾਰੇ ਪੈਰਾਂ ਦੇ ਉੱਤੇ, ਅੱਖ ਦੇਖ ਸਕਦੇ ਆ ਤੁਸੀਂ ਗਾਹਾਂ ਨੂੰ ਮੇਲੇ ਵਾਲੀ ਕੱਟੀ ਬਣ ਜਾਣੀ ਆ, ਦੋਵੇਂ ਬਿਲਕੁਲ ਗੁਲਾਬੀ ਤੇ ਟੇਢੀ ਧਾਰੀ ਦੇ ਵਿੱਚ ਆ, ਚੰਗੀ ਕੱਟੀ ਆ, ਦੇਖ ਲਓ ਤੁਹਾਡੇ ਸਾਹਮਣੇ ਆ, ਥਣਾ ਦੀ ਬਹੁਤ ਸਾਫ਼ ਆ, ਬਿਲਕੁਲ ਬਹੁਤ ਸਾਫ਼ ਆ, ਚੈੱਕ ਕਰੋ ਪੂਛ ਜਿਹੜੀ ਅੱਧੇ ਜ਼ਿਆਦਾ ਵਾਈਟ, ਤੇ ਥਣਾ ਦੀ ਵਿਰਲ ਜਿਹੜੀ ਤੁਸੀਂ ਦੇਖੋਗੇ, ਦੇਖੋ ਕਿੰਨੀ ਵਧੀਆ ਝੋਲੀ ਆ, ਸਾਫ਼ ਆ ਬਾਈ, ਵਧੀਆ ਥਣ ਲੱਗੇ ਹੋਏ ਇਹਦੇ ਦੇਖ ਸਕਦੇ ਆ ਤੁਸੀਂ।
उस तो बाद जवान भी यदि गुलाबी है, बिल्कुल साफ सुथरी गट्टी। अगली बी फिरंगी गट्टी है नीली दी, ये दो पैर चिट्टे है भाई। ये कि बॉर्डर लाइन इधरों की बॉर्डर एरिए माझा एरिया, ਇਹ ਮਾਝੇ ਏਰੀਆ ਜੋ ਆ ਗਈ ਹੈ ਜੀ, ਮਾਝੇ ਏਰੀਆ ਦੀ ਜਿਹੜੀ ਇਹ ਖੇਮਕਰਨ ਤੋਂ ਲਿਆਂਦੀ ਸੀ ਆਪਾਂ। ਠੀਕ ਹੈ ਜੀ, ਇਹਦੀ ਕੁਆਲਿਟੀ ਦੇਖ ਸਕਦੇ ਹੋ ਤੁਸੀਂ, ਇਹ ਜੋੜਾ ਖੇਮਕਰਨ ਏਰੀਏ ਦਾ, ਇਹ ਫਿਰੋਜ਼ਪੁਰ ਏਰੀਏ ਦਾ, ਇਹ ਫਿਰੋਜ਼ਪੁਰ ਦਾ ਜੋੜਾ ਆ ਗਿਆ। ਹਾਂਜੀ ਦੋਵੇਂ, ਹਾਂ ਇਹ ਖੇਮਕਰਨ, ਇਹ ਖੇਮਕਰਨ ਏਰੀਆ ਜੋ ਹੈ। ਇਹਦੀ ਕੁਆਲਿਟੀ ਦੇਖੋ ਕੱਟੀ ਤੁਸੀਂ, ਬਹੁਤ ਸਾਫ ਹੈ, ਜ਼ਬਰਦਸਤ ਗੁਲਾਬੀ ਅੱਖ, ਮਾਰਕਿੰਗ ਜਿਹੜੀ ਮਗਲੇ ਪੈਰਾਂ ਦੇ ਉੱਤੇ ਥੋੜੀ ਜਿਹੀ ਸਾਂਭ ਹੋ ਜੇ ਤੇ ਚੰਗੀ ਜਣੀ ਗਈ, ਸਿਆਲ ਸਿਆਲ ਦੇ ਵਿੱਚ ਇਹ ਵੀ ਝੋਟੀ ਬਣ ਜੂ ਕੱਟੀ, ਤੇ ਥਣਾ ਥਣਾ ਦੀ ਬਹੁਤ ਚੰਗੀ ਸਾਫ ਹੈ ਵੀ, ਠੰਡੀ ਸੀਲ ਆ ਆਮ ਨਹੀਂ ਤੇ ਆ, ਇੱਥੋਂ ਪਤਾ ਲੱਗਦਾ ਵੀ ਚੰਗੀ ਸੇਵਾ ਨਹੀਂ, ਰੰਗ ਜਿਹਾ ਛੱਡਿਆ ਹੋਇਆ, ਨਹੀਂ ਸੇਵਾ ਹੈ ਨਹੀਂ ਸੀ ਜੇ ਕਹਿੰਦੇ ਪਿਓਰ ਸੇਵਾ। ਆਹ ਵੇਲੋ ਇਹਦਾ ਤੇ ਉਹਦਾ ਫਰਕ ਇਹੀ ਆ ਵੀ ਆਹ ਰੰਗ ਵੇਲੋ ਜੈੱਡ ਬਲੈਕ ਹੋਇਆ ਪਿਆ, ਠੀਕ ਹੈ ਜੀ, ਇਹੀ ਫਰਕ ਹੁੰਦਾ ਸੀ। ਆਹ ਇਹ ਸਾਂਭ ਗਈ ਸਿਆਲੋ ਸਿਆਲ ਬਾਲ ਬੂਲ ਕਟਾ ਕੇ, ਹਾਂਜੀ ਹਾਂਜੀ ਸੇਵਾ ਹੋ ਗਈ ਤੇ ਵਧੀਆ ਬਣ ਜਾਣੀ, ਦੂਰੇ ਖੁੱਡੇ ਚ ਆ ਗਈ, ਹੱਡੀ ਹੱਡੀ ਬੜੀ ਮਜ਼ਬੂਤ ਆ, ਚੰਗੀ ਆ ਝੋਟੀ ਜਣੀ ਗਈ, ਸਿੰਗਲ ਹੱਡੀ ਚ ਪੈਂਦੀ। ਉਸ ਤੋਂ ਬਾਅਦ ਬਈ ਇਹ ਫਿਰ ਬੂਰੀ ਆ ਗਈ ਜੀ। ਹਾਂਜੀ ਇਹ ਇੱਕ ਰੰਗ ਬੂਰੀ ਹੈ, ਇਹਦਾ ਕੋਈ ਪੈਰ ਚਿੱਟਾ ਨਹੀਂ, ਕੋਈ ਮੱਥਾ ਬੱਲਾ ਨਹੀਂ, ਸਾਫ ਇੱਕ ਰੰਗ ਬੂਰੀ ਹੈ। ਇਹਨੂੰ ਆਪਾਂ ਜੇ ਗੱਲ ਕਰੀਏ ਨੀਲੀ ਬੂਰੀ ਨਹੀਂ ਕਹਿ ਸਕਦੇ, ਨਾ ਜੀ ਨਾ, ਇੱਕ ਰੰਗ ਬੂਰੀ ਹੈ ਜੀ, ਪਿਓਰ ਬੂਰੀ ਹੈ, ਮੋਰਾ ਬੂਰੀ ਵਾਲੀ ਵੱਜ ਸਕਦੀ ਹੈ। ਹਾਂਜੀ ਹਾਂ ਹਾਂ, ਹੈਨਾ ਜੀ, ਹਾਂਜੀ ਮੋਰਾ ਬੂਰੀ ਦੇ ਵਿੱਚ ਆ ਗਈ ਇਹ ਚੰਗੀ ਕੁਆਲਿਟੀ ਇਹਦੀ ਵੀ, ਥਣਾ ਦੀ ਇਹ ਵੀ ਬਹੁਤ ਸਾਫ ਕੱਟੀ। ਇਹ ਜਿਹੜੇ ਭਰਾ ਕੋਲ ਜਾਨਵਰ ਬਹੁਤ ਚੰਗੇ ਤੋਂ ਚੰਗੇ ਆਉਂਦੇ ਆ, ਥਣਾ ਦੀ ਬਹੁਤ ਸਾਫ, ਇਸ ਦੀ ਜਿਹੜੀ ਵਿਰਲ ਦੇਖ ਸਕਦੇ ਹੋ ਥਣਾ ਦੀ ਬਹੁਤ ਜ਼ਿਆਦੀ ਆ, ਚੰਗੀਆਂ ਵਿਰਲਾਂ, ਚੰਗੇ ਵਧੀਆ ਕੁਆਲਿਟੀ ਦੀ ਕੱਟੀ ਆ ਜੀ ਇਹ ਵੀ। ਉਸ ਤੋਂ ਬਾਅਦ ਆ ਤੁਹਾਡੇ ਸਾਹਮਣੇ ਆ ਗਏ ਜਾਨਵਰ ਜਿੰਨੇ ਵੀ ਆ, ਅਤੇ ਭਰਾ ਨੇ ਬਹੁਤ ਚੰਗਾ ਕੰਮ ਕੀਤਾ ਨੀਲੀ ਰਾਵੀ 'ਤੇ। ਅੱਗੇ ਵੀ ਬਾਈ ਕੋਲ ਜਾਨਵਰ ਸੇਲ ਲਈ ਹੁੰਦੇ ਆ, ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਜਾਨਵਰ ਹੁੰਦੇ ਸੇਲ ਵਾਲੇ, ਅਤੇ ਚੰਗੇ ਭਰਾ ਨੇ ਜਾਨਵਰ ਜਾਣੀ ਕਿ ਤਿਆਰ ਕੀਤੇ ਹੋਏ ਆ। ਇਸ ਫੀਲਡ ਦੇ ਵਿੱਚ ਆਏ ਨੂੰ ਫਿਰ ਕਿੰਨਾ ਟਾਈਮ ਹੋ ਗਿਆ ਯਾਰ ਵੀ ਨੀਲੀ ਰਾਵੀ 'ਚ? ਹਾਂ ਵੀ ਕਿੰਨਾ ਟਾਈਮ ਹੋ ਗਿਆ ਕੰਮ ਕਰਦੇ ਤੈਨੂੰ? ਨੀਲੀ ਰਾਵੀ 'ਚ ਹੋ ਹੀ ਗਿਆ ਮੇਰੇ ਹਿਸਾਬ ਨਾਲ 9 ਸਾਲ ਹੋ ਗਏ ਆ। 9 ਸਾਲ ਦੇ ਵਿੱਚ ਕੱਟੀਆਂ ਹੀ ਵੇਚੀਆਂ ਆਪਾਂ ਲਿਆ ਕੇ, ਹੈ ਨਾ? ਨੌ ਦਸ ਸਾਲ ਹੋ ਗਏ ਆ। 10 ਸਾਲ ਹੋ ਗਏ ਹੈ ਨਾ, 10 ਸਾਲ ਦੇ ਵਿੱਚ ਬਾਈ ਨੇ ਬਹੁਤ ਜਾਣੀ ਕਿ ਜਾਨਵਰ ਵੇਚੇ ਆ ਚੰਗੇ ਤੋਂ ਚੰਗੇ, ਤੇ ਅੰਤ ਗਿਣਤੀ ਵੇਚੇ ਆ ਜੇ ਹੁਣ ਵੀ ਚੰਗੇ ਤੋਂ ਚੰਗੀਆਂ ਝੋਟੀਆਂ ਸੱਜਣ ਵੀਰਾਂ ਕੋਲੇ ਗਈਆਂ। ਠੀਕ ਹੈ ਜੀ, ਵੀ ਮੇਰੇ ਹਿਸਾਬ ਨਾਲ ਵੀ 14-15-16 20-20 ਕਿਲੋ ਤੱਕ ਵੀ ਝੋਟੀਆਂ ਪਹੁੰਚੀਆਂ, ਜਿਹੜੀਆਂ ਝੋਟੀਆਂ ਤੇਰੇ ਹੱਥ ਦੀਆਂ ਗਈਆਂ ਉਹ ਸੂ ਪਈਆਂ ਤੱਕ, ਸੂ ਵੀ ਪਈਆਂ, ਹਾਂ ਦੂਜਾ ਤੀਜਾ ਸੂਆ ਵੀ ਸੂ ਪਈਆਂ। ਠੀਕ ਹੈ ਜੀ, 20-20 ਕਿਲੋ ਦੁੱਧ ਤੇ ਝੋਟੀਆਂ ਬਈ ਪਹੁੰਚੀਆਂ ਜਿਹੜੀਆਂ ਆਪਾਂ ਦਿੱਤੀਆਂ। ਠੀਕ ਹੈ ਜੀ, ਤੇ ਬਹੁਤ ਵਧੀਆ ਗੱਲ ਆ, ਚਲੋ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਵੀ ਪਰਮਾਤਮਾ ਇਸ ਫੀਲਡ ਦੇ ਵਿੱਚ ਭਰਾ ਨੂੰ ਤਰੱਕੀ ਬਖਸ਼ੇ, ਕਿਉਂਕਿ ਆਪਣਾ ਜਾਨਵਰ ਲਿੱਸਾ ਫਿੱਕਾ ਜ਼ਰੂਰ ਹੋਊ ਪਰ ਹੋਊ ਕੁਆਲਿਟੀ। ਹਾਂ ਕੁਆਲਿਟੀ ਦਾ ਹੀ ਮੁੱਲ ਆ, ਕਿਉਂਕਿ ਮੈਂ ਤਾਂ ਆਪ ਵੀ ਇਹਨਾਂ ਵੀ ਜਿਹੜੇ ਆਹ ਵੀ ਵੱਧ ਪੈਰ ਘੱਟ ਚਿੱਟੇ ਆ ਡੱਬੇ ਚੱਜੇ ਆ ਉਹ ਚੀਜ਼ ਗਾਹ ਨਸਲ ਨਹੀਂ ਬਣਾਉਂਦੀ ਆਪਾਂ ਤਾਂ, ਆਪਾਂ ਨੇ ਨਾ ਉਹ ਲੈਣਾ ਨਾ ਵੇਚਣਾ, ਸਾਫ ਸੁਥਰਾ ਹੀ ਲੈਣਾ ਡੰਗਰ, ਸਾਫ ਸੁਥਰਾ ਹੀ ਬਣਾਉਂਦੀ, ਦੋ ਪੈਰ ਚਿੱਟੇ ਹੋਵੇ। ਹਾਂ ਤੇ ਬਾਕੀ ਕੁਆਲਿਟੀ ਤੁਹਾਡੇ ਸਾਹਮਣੇ ਆ, ਆਉਣ ਵਾਲੇ ਟਾਈਮ 'ਚ ਭਰਾ ਬਹੁਤ ਵਧੀਆ ਕੰਮ ਕਰਦਾ ਪਿਆ, ਤੇ ਪਰਮਾਤਮਾ ਐਂ ਜਿੰਨੇ ਵੀ ਨੀਲੀ ਰਾਵੀ ਨੂੰ ਪਿਆਰ ਕਰਦੇ ਸਾਰਿਆਂ ਨੂੰ ਤਰੱਕੀ ਬਖਸ਼ੇ, ਤੇ ਸਮੇਂ ਦੇ ਹਿਸਾਬ ਨਾਲ ਜਿਹੜੀ ਤੁਹਾਨੂੰ ਹਰ ਇੱਕ ਅਪਡੇਟ ਮਿਲਦੀ ਰਹੂਗੀ, ਤੇ ਬਾਈ ਜੀ ਦਾ ਨੰਬਰ ਜਿਹੜਾ ਉਹ ਡਿਸਪਲੇ ਦੇ ਉੱਤੇ ਚੱਲੂਗਾ, ਤੇ ਜਿਸ ਕਿਸੇ ਭਰਾ ਨੂੰ ਜਾਨਵਰ ਪਸੰਦ ਆਉਣਾ ਉਹ ਫੋਨ ਕਾਲ 'ਤੇ ਆਪਦਾ ਜਾਨਵਰ ਖਰੀਦ ਸਕਦਾ। ਧੰਨਵਾਦ ਜੀ ਜਿੰਨੇ ਭਰਾ ਆਪਣੇ ਵੀਡੀਓ ਵੇਖਦੇ ਆ। ਵਾਹਿਗੁਰੂ ਜੀ ਕਾ ਖਾਲਸਾ ਜੀ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।